ਜਿਵੇਂ ਕਹੋ ਜਿਵੇਂ ਦਾ ਗੌਰਮੈਂਟ ਸਾਡੀਆਂ ਝੁਕਣ ਗਈਆਂ ਸਾਡੇ ਅੱਗੇ ਇਹ ਸਾਡੇ ਵਿੱਚੋਂ ਤੇ ਪਾ ਪਾ ਕੇ ਅਲੱਗ ਅਲੱਗ ਕੀਤਾ ਹੈ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਦੇ ਮਗਰ ਨਾ ਸਮਝੋ ਇਹ ਲੋਕ ਸਾਡੇ ਨਾਲ ਕੀ ਕੀਤਾ ਰਵਿਦਾਸ ਮਹਾਰਾਜ ਜੀ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਆ ਕਿ ਦਿੱਲੀ ਦੀ ਸਰਕਾਰ ਅਸੀਂ ਚੱਲੀਏ।
ਅੱਜ ਅਸੀਂ ਐਲ ਜੀ ਸਾਹਿਬ ਨੂੰ ਮਿਲੇ ਹਾਂ, ਸਾਰੀ ਡੈਲੀਗੇਸ਼ਨ ਗਈ ਹੈ ਉਹਨਾਂ ਨੂੰ ਰਿਕੁਐਸਟ ਕਰਨ ਵਾਸਤੇ ਕਿ ਆਹ ਬੜਾ ਸੈਂਸਿਟਿਵ ਇਸ਼ੂ ਹੈ, ਬੜੇ ਪੁਰਾਣਾ ਸਥਾਨ ਜਿਹਦੇ ਬੜੇ ਇਮੋਸ਼ਨਸ ਜੁੜੇ ਆ ਇਸ ਸਥਾਨ ਨਾਲ, ਅਤੇ ਅਸੀਂ ਰਿਕੁਐਸਟ ਕੀਤਾ ਕਿ ਇਹਦੇ ਇਮੀਡੀਏਟਲੀ ਕੋਈ ਸਲਿਊਸ਼ਨ ਲੱਭਿਆ ਜਾਏ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਐਲ ਜੀ ਸਾਹਿਬ ਨੇ ਬੜਾ ਪੋਜ਼ਿਟਿਵ ਰਿਸਪੋਂਸ ਕਿਹਾ ਜੀ ਮੈਂ ਕੱਲ੍ਹ ਹੀ ਮੀਟਿੰਗ ਸੱਦਾਂਗਾ ਅਤੇ ਜੋ ਹੱਲ ਹੋ ਸਕਦਾ ਮੈਂ ਕੋਸ਼ਿਸ਼ ਕਰਾਂਗਾ ਹੱਲ ਕਰਨ। ਅਫਸੋਸ ਦੀ ਗੱਲ ਹੈ ਕਿ ਜਿਹੜੀ ਵੀ ਉੱਥੇ ਦੀ ਸਰਕਾਰ ਸੀ ਉਹਨਾਂ ਨੇ ਕੇਸਾਂ ਦੀ ਪੈਰਵਾਈ ਚੰਗੀ ਤਰ੍ਹਾਂ ਨਹੀਂ ਕੀਤੀ, ਸਾਡੇ ਇਹਦੇ ਬਾਰੇ ਸਾਡੇ ਨੌਲੇਜ ਵਿੱਚ ਵੀ ਨਹੀਂ ਸੀਗਾ। ਜੇ ਪਤਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਇਸ ਕੇਸ ਦੀ ਉਹਨਾਂ ਵਾਸਤੇ ਲੜਾਈ ਲੜਦੀ, ਲੇਕਿਨ ਹੁਣ ਜੇ ਸਾਡੇ ਨੋਟਿਸ ਵਿੱਚ ਆਇਆ ਹੈਗਾ, ਸਾਡੇ ਪ੍ਰਧਾਨ ਸਾਹਿਬ ਵੀ ਜਾ ਕੇ ਹੋਮ ਮਿਨਿਸਟਰ ਨੂੰ ਮਿਲ ਰਹੇ ਨੇ, ਮੈਂ ਆਪ ਵੀ ਇਹਨੂੰ ਟੇਕ ਅਪ ਕਰਾਂਗੀ ਅਤੇ ਜੋ ਵੀ ਅਸੀਂ ਕਾਰਵਾਈ ਕਰਕੇ, ਕਿਉਂਕਿ ਹੁਣ ਉਹਨਾਂ ਨੇ ਤਾਂ ਸਾਰਾ ਟੈਟੇਰੀ ਕਰ ਦਿੱਤਾ ਹੈਗਾ, ਇਹਨੂੰ ਰੋਕਣਾ ਤਾਂ ਪਹਿਲੇ ਸੀਗਾ ਜਿਹੜਾ ਫਰਜ਼ ਬੰਦਾ ਸੀ ਉੱਥੇ ਦੀ ਸੂਬੇ ਦੀ ਸਰਕਾਰ ਦਾ, ਲੇਕਿਨ ਹੁਣ ਵੀ ਉਹ ਜਗ੍ਹਾ ਆਪਣੇ ਭਾਈਚਾਰੇ ਨੂੰ, ਰਵਿਦਾਸ ਭਾਈਚਾਰੇ ਨੂੰ ਵਾਪਸ ਦਿੱਤੀ ਜਾਏ, ਉਹ ਸਾਰੀ ਦੁਬਾਰਾ ਕੀਤੀ ਜਾਏ ਅਤੇ ਉਹਨਾਂ ਦੀ ਭਾਵਨਾ ਨੂੰ ਜਿਹੜੀ ਠੇਸ ਪਹੁੰਚੀਏ ਉਹਦੇ ਨਾਲ ਆਪਾਂ ਉਹਨਾਂ ਦੇ ਨਾਲ ਖੜੇ ਹਾਂ ਅਤੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਹਦੇ ਖਿਲਾਫ਼ ਲੜਾਈ ਵੀ ਲੜੀ। ਬਹੁਤ ਹੀ ਘਿਨੌਣੀ ਹਰਕਤ ਕੀਤੀ ਗਈ ਹੈ ਕਿ ਗੁਰੂ ਰਵਿਦਾਸ ਦੇ ਮੰਦਰ ਨੂੰ ਢਾ ਦਿੱਤਾ ਗਿਆ ਦਿੱਲੀ ਦੇ ਵਿੱਚ, ਜਿਹਦਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਿਹਾ। ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਕੱਲ੍ਹ ਨੂੰ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਬੰਦ ਕੀਤਾ ਜਾ ਰਿਹਾ ਹੈ, ਉਹਦੇ ਵਿੱਚ ਕਾਂਗਰਸ ਅਤੇ ਬਾਕੀ ਸਾਰੀਆਂ ਪਾਰਟੀਆਂ ਵੀ ਸਮਰਥਨ ਦੇ ਰਹੀਆਂ। ਅਸੀਂ ਇਹ ਜਿਹੜੀ ਘਟਨਾ ਹੋਈ ਹੈ ਦਿੱਲੀ ਦੇ ਵਿੱਚ ਉਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ।